ਬਹੁਤ ਦੁਖਦਾਈ ਖਬਰ ਹੈ ਜੀ। ਮੈਂ ਲਗਾਤਾਰ ਮੋਨੀਟਰਿੰਗ ਕਰ ਰਿਹਾ ਸੀਗਾ, ਅਸੀਂ ਬੰਦੋਬਸਤ ਵੀ ਕੀਤਾ ਸੀ ਸਾਰਾ। ਬਹੁਤ ਯੰਗ ਮੁੰਡਾ ਜਿਹੜਾ ਤੁਸੀਂ ਦੱਸ ਰਹੇ ਹੋ ਜੀ, ਉਹਦੀ ਡੈਥ ਹੋਈ ਆ ਇੱਥੇ, ਬਰੋਡ ਡੈਡ ਹੈ ਉਹ, ਮਤਲਬ ਜਦੋਂ ਸਾਡੇ ਕੋਲ ਪਹੁੰਚਿਆ ਤਾਂ ਮਰਿਆ ਹੋਇਆ ਸੀਗਾ। ਉਸ ਤੋਂ ਪਹਿਲਾਂ ਹੈੱਡ ਇੰਜਰੀ ਦਾ ਪੇਸ਼ੈਂਟ ਆਇਆ, ਟੋਟਲ ਮੇਰੇ ਖਿਆਲ 4 ਪੇਸ਼ੈਂਟ ਆਏ ਜੀ ਹੁਣ ਤੱਕ, ਟੋਟਲ 3 ਪੇਸ਼ੈਂਟ ਆਏ, ਉਹਨਾਂ 'ਚੋਂ ਇੱਕ ਜਿਹੜਾ ਹੈਗਾ ਉਹ ਬਰੋਡ ਡੈਡ ਹੈ। ਬਹੁਤ ਦੁਖਦਾਈ ਖਬਰ ਹੈ ਜੀ, ਔਰ ਬਹੁਤ ਅਨਫੋਰਚੁਨੇਟ ਹੈ ਕਿ ਜਿਹੜੇ ਹੈਗੇ ਆ ਪੀਸਫੁਲੀ ਪ੍ਰੋਟੈਸਟ ਕਰਦੇ ਸੀ ਕਿਸਾਨ, ਉਹਨਾਂ ਦੇ ਉੱਤੇ ਜੋ ਤਸ਼ੱਦਦ ਹੋ ਰਿਹਾ, ਮਤਲਬ ਮੇਰਾ ਮਨ ਬਹੁਤ ਦੁਖੀ ਆ। ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮੋਨੀਟਰ ਕਰ ਰਹੇ ਆ, ਸਾਡੇ ਇੱਕ ਹੋਰ ਮੰਤਰੀ ਜਿਹੜੇ ਹੈਗੇ ਆ ਉਹ ਪਾਤਰਾਂ ਦੇ ਹਸਪਤਾਲ 'ਚ ਪਹੁੰਚ ਰਹੇ ਆ ਜੀ, ਰਾਜਪੁਰਾ ਦੇ ਹੋਸਟ ਵੀ ਸਾਡੇ MLA ਸਾਹਿਬ ਬੈਠੇ ਆ ਸਾਰੇ, ਅਸੀਂ ਇਸ ਦੁੱਖ ਦੀ ਘੜੀ 'ਚ ਪਰਿਵਾਰਾਂ ਦੇ ਨਾਲ ਹੈ ਜੀ, ਅਸੀਂ ਸਾਰਾ ਕੁਛ ਉਹਨਾਂ ਵਾਸਤੇ ਜੋ ਵੀ ਆ। ਡਾਕਟਰ ਸਾਹਿਬ ਇੱਕ ਤਾਂ ਚਲੋ ਮੀਟਿੰਗ ਦੀ ਗੱਲ ਹੋ ਰਹੀ ਆ, ਦੂਜੇ ਤਾਂ ਫਾਇਰਿੰਗ ਹੋ ਰਹੀ ਹੈ। ਅਸੀਂ ਖੇਤਾਂ ਦੇ ਵਿੱਚ ਨੀਚੇ ਖੜੇ ਸੀਗੇ, ਪਹਿਲਾਂ ਗੋਲਾ ਆਉਂਦਾ ਜਿਹੜਾ ਟੀਅਰ ਗੈਸ ਦਾ, ਅਸੀਂ ਗੋਲੇ ਵੱਲ ਦੇਖਿਆ ਤਾਂ ਉਸੇ ਟਾਈਮ ਗੋਲੀ ਆ ਕੇ ਵੱਜੀ। ਮੈਂ ਕਹਿ ਰਿਹਾ ਜੀ ਇਹ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ। ਜਿਹੜੇ ਤੁਹਾਡੇ ਆਪਣੇ ਕਿਸਾਨ ਹੈ, ਅੰਨਦਾਤਾ ਹੈ, ਜਿਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ, ਅਤੇ ਇਹ ਮੇਰਾ ਜੂੜੀ ਕਾਲ ਹੈ ਜੀ। ਬਹੁਤ ਦੁਖਦਾਈ ਖਬਰ ਹੈ ਜੀ, ਮੈਂ ਲਗਾਤਾਰ ਮੋਨੀਟਰਿੰਗ ਕਰ ਰਿਹਾ ਸੀਗਾ, ਅਸੀਂ ਬੰਦੋਬਸਤ ਵੀ ਕੀਤਾ ਸੀ ਸਾਰਾ। ਬਹੁਤ ਯੰਗ ਮੁੰਡਾ ਜਿਹੜਾ ਤੁਸੀਂ ਦੱਸ ਰਹੇ ਹੋ ਜੀ, ਉਹਦੀ ਡੈਥ ਹੋਈ ਆ ਇੱਥੇ, ਬਰੋਡ ਡੈਡ ਹੈ ਉਹ, ਮਤਲਬ ਜਦੋਂ ਸਾਡੇ ਕੋਲ ਪਹੁੰਚਿਆ ਤਾਂ ਮਰਿਆ ਹੋਇਆ ਸੀਗਾ। ਉਸ ਤੋਂ ਪਹਿਲਾਂ ਹੈੱਡ ਇੰਜਰੀ ਦਾ ਪੇਸ਼ੈਂਟ ਆਇਆ, ਟੋਟਲ ਮੇਰੇ ਖਿਆਲ 4 ਪੇਸ਼ੈਂਟ ਆਏ ਜੀ ਹੁਣ ਤੱਕ, ਟੋਟਲ 3 ਪੇਸ਼ੈਂਟ ਆਏ, ਉਹਨਾਂ 'ਚੋਂ ਇੱਕ ਜਿਹੜਾ ਹੈਗਾ ਉਹ ਬਰੋਡ ਡੈਡ ਹੈ। ਬਹੁਤ ਦੁਖਦਾਈ ਖਬਰ ਹੈ ਜੀ, ਔਰ ਬਹੁਤ ਅਨਫੋਰਚੁਨੇਟ ਹੈ ਕਿ ਜਿਹੜੇ ਹੈਗੇ ਆ ਪੀਸਫੁਲੀ ਪ੍ਰੋਟੈਸਟ ਕਰਦੇ ਸੀ ਕਿਸਾਨ, ਉਹਨਾਂ ਦੇ ਉੱਤੇ ਜੋ ਤਸ਼ੱਦਦ ਹੋ ਰਿਹਾ, ਮਤਲਬ ਮੇਰਾ ਮਨ ਬਹੁਤ ਦੁਖੀ ਆ। ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮੋਨੀਟਰ ਕਰ ਰਹੇ ਆ, ਸਾਡੇ ਇੱਕ ਹੋਰ ਮੰਤਰੀ ਜਿਹੜੇ ਹੈਗੇ ਆ ਉਹ ਪਾਤਰਾਂ ਦੇ ਹਸਪਤਾਲ 'ਚ ਪਹੁੰਚ ਰਹੇ ਆ ਜੀ, ਰਾਜਪੁਰਾ ਦੇ ਹੋਸਟ ਵੀ ਸਾਡੇ MLA ਸਾਹਿਬ ਬੈਠੇ ਆ ਸਾਰੇ, ਅਸੀਂ ਇਸ ਦੁੱਖ ਦੀ ਘੜੀ 'ਚ ਪਰਿਵਾਰਾਂ ਦੇ ਨਾਲ ਹੈ ਜੀ, ਅਸੀਂ ਸਾਰਾ ਕੁਛ ਉਹਨਾਂ ਵਾਸਤੇ ਜੋ ਵੀ ਆ। ਡਾਕਟਰ ਸਾਹਿਬ ਇੱਕ ਤਾਂ ਚਲੋ ਮੀਟਿੰਗ ਦੀ ਗੱਲ ਹੋ ਰਹੀ ਆ, ਦੂਜੇ ਤਾਂ ਫਾਇਰਿੰਗ ਹੋ ਰਹੀ ਹੈ। ਅਸੀਂ ਖੇਤਾਂ ਦੇ ਵਿੱਚ ਨੀਚੇ ਖੜੇ ਸੀਗੇ, ਪਹਿਲਾਂ ਗੋਲਾ ਆਉਂਦਾ ਜਿਹੜਾ ਟੀਅਰ ਗੈਸ ਦਾ, ਅਸੀਂ ਗੋਲੇ ਵੱਲ ਦੇਖਿਆ ਤਾਂ ਉਸੇ ਟਾਈਮ ਗੋਲੀ ਆ ਕੇ ਵੱਜੀ। ਮੈਂ ਕਹਿ ਰਿਹਾ ਜੀ ਇਹ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ। ਜਿਹੜੇ ਤੁਹਾਡੇ ਆਪਣੇ ਕਿਸਾਨ ਹੈ, ਅੰਨਦਾਤਾ ਹੈ, ਜਿਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ, ਅਤੇ ਇਹ ਮੇਰਾ ਜੂੜੀ ਕਾਲ ਹੈ ਜੀ। ਬਹੁਤ ਦੁਖਦਾਈ ਖਬਰ ਹੈ ਜੀ, ਮੈਂ ਲਗਾਤਾਰ ਮੋਨੀਟਰਿੰਗ ਕਰ ਰਿਹਾ ਸੀਗਾ, ਅਸੀਂ ਬੰਦੋਬਸਤ ਵੀ ਕੀਤਾ ਸੀ ਸਾਰਾ। ਬਹੁਤ ਯੰਗ ਮੁੰਡਾ ਜਿਹੜਾ ਤੁਸੀਂ ਦੱਸ ਰਹੇ ਹੋ ਜੀ, ਉਹਦੀ ਡੈਥ ਹੋਈ ਆ ਇੱਥੇ, ਬਰੋਡ ਡੈਡ ਹੈ ਉਹ, ਮਤਲਬ ਜਦੋਂ ਸਾਡੇ ਕੋਲ ਪਹੁੰਚਿਆ ਤਾਂ ਮਰਿਆ ਹੋਇਆ ਸੀਗਾ। ਉਸ ਤੋਂ ਪਹਿਲਾਂ ਹੈੱਡ ਇੰਜਰੀ ਦਾ ਪੇਸ਼ੈਂਟ ਆਇਆ, ਟੋਟਲ ਮੇਰੇ ਖਿਆਲ 4 ਪੇਸ਼ੈਂਟ ਆਏ ਜੀ ਹੁਣ ਤੱਕ, ਟੋਟਲ 3 ਪੇਸ਼ੈਂਟ ਆਏ, ਉਹਨਾਂ 'ਚੋਂ ਇੱਕ ਜਿਹੜਾ ਹੈਗਾ ਉਹ ਬਰੋਡ ਡੈਡ ਹੈ। ਬਹੁਤ ਦੁਖਦਾਈ ਖਬਰ ਹੈ ਜੀ, ਔਰ ਬਹੁਤ ਅਨਫੋਰਚੁਨੇਟ ਹੈ ਕਿ ਜਿਹੜੇ ਹੈਗੇ ਆ ਪੀਸਫੁਲੀ ਪ੍ਰੋਟੈਸਟ ਕਰਦੇ ਸੀ ਕਿਸਾਨ, ਉਹਨਾਂ ਦੇ ਉੱਤੇ ਜੋ ਤਸ਼ੱਦਦ ਹੋ ਰਿਹਾ, ਮਤਲਬ ਮੇਰਾ ਮਨ ਬਹੁਤ ਦੁਖੀ ਆ। ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮੋਨੀਟਰ ਕਰ ਰਹੇ ਆ, ਸਾਡੇ ਇੱਕ ਹੋਰ ਮੰਤਰੀ ਜਿਹੜੇ ਹੈਗੇ ਆ ਉਹ ਪਾਤਰਾਂ ਦੇ ਹਸਪਤਾਲ 'ਚ ਪਹੁੰਚ ਰਹੇ ਆ ਜੀ, ਰਾਜਪੁਰਾ ਦੇ ਹੋਸਟ ਵੀ ਸਾਡੇ MLA ਸਾਹਿਬ ਬੈਠੇ ਆ ਸਾਰੇ, ਅਸੀਂ ਇਸ ਦੁੱਖ ਦੀ ਘੜੀ 'ਚ ਪਰਿਵਾਰਾਂ ਦੇ ਨਾਲ ਹੈ ਜੀ, ਅਸੀਂ ਸਾਰਾ ਕੁਛ ਉਹਨਾਂ ਵਾਸਤੇ ਜੋ ਵੀ ਆ। ਡਾਕਟਰ ਸਾਹਿਬ ਇੱਕ ਤਾਂ ਚਲੋ ਮੀਟਿੰਗ ਦੀ ਗੱਲ ਹੋ ਰਹੀ ਆ, ਦੂਜੇ ਤਾਂ ਫਾਇਰਿੰਗ ਹੋ ਰਹੀ ਹੈ। ਅਸੀਂ ਖੇਤਾਂ ਦੇ ਵਿੱਚ ਨੀਚੇ ਖੜੇ ਸੀਗੇ, ਪਹਿਲਾਂ ਗੋਲਾ ਆਉਂਦਾ ਜਿਹੜਾ ਟੀਅਰ ਗੈਸ ਦਾ, ਅਸੀਂ ਗੋਲੇ ਵੱਲ ਦੇਖਿਆ ਤਾਂ ਉਸੇ ਟਾਈਮ ਗੋਲੀ ਆ ਕੇ ਵੱਜੀ। ਮੈਂ ਕਹਿ ਰਿਹਾ ਜੀ ਇਹ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ। ਜਿਹੜੇ ਤੁਹਾਡੇ ਆਪਣੇ ਕਿਸਾਨ ਹੈ, ਅੰਨਦਾਤਾ ਹੈ, ਜਿਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ, ਅਤੇ ਇਹ ਮੇਰਾ ਜੂੜੀ ਕਾਲ ਹੈ ਜੀ।